ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਸਾਡੀ ਮੀਟਿੰਗ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਜੋ ਡੀ ਸੀ ਸਾਹਿਬਾਂ ਹੈ ਫਤਿਹਗੜ੍ਹ ਸਾਹਿਬ ਦੇ ਉਹਨਾਂ ਨਾਲ ਕੀਤੀ ਗਈ, ਜਿਹਦੇ ਵਿੱਚ ਅਨੇਕ ਵਿਚਾਰਾਂ ਹੋਈਆਂ। ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀ ਪਾਣੀ ਦੇ ਨਾਲ ਇਸ ਜ਼ਿਲ੍ਹੇ ਦੇ ਵਿੱਚ ਨੁਕਸਾਨ ਹੋਇਆ ਉਹਦਾ ਜਾਇਜ਼ਾ, ਅਤੇ ਉਹ ਨੁਕਸਾਨ ਦੀ ਜੋ ਲੋਕਾਂ ਦਾ ਹੋਇਆ ਉਹਦਾ ਕਿਵੇਂ ਹੱਲ ਹੋਣ ਵਾਲੇ ਸਮੇਂ ਦੇ ਵਿੱਚ ਜੋ ਮੁਸ਼ਕਲਾਂ ਉਹ ਖੜਾ ਕਰਕੇ ਆ ਰਹੀਆਂ ਉਹਨਾਂ ਦਾ ਕਿਵੇਂ ਹੱਲ ਕੀਤਾ ਜਾਵੇ, ਇਸ ਗੱਲ 'ਤੇ ਵਿਚਾਰ। ਬਾਕੀ ਜੋ ਸਰਕਾਰ ਦੀਆਂ ਨੀਤੀਆਂ ਨੇ, ਜੋ ਪੋਲਸੀਆਂ ਨੇ, ਉਹਨਾਂ ਨੂੰ ਕਿਵੇਂ ਲੋਕਾਂ ਤੱਕ ਪਹੁੰਚਾਇਆ ਜਾਵੇ, ਕਿਵੇਂ ਉਹਨਾਂ ਨੂੰ ਉਸਦਾ ਲਾਭ ਦਿੱਤਾ ਜਾਵੇ, ਇਸ ਗੱਲ 'ਤੇ ਵੀ ਕਾਫੀ ਲੰਬੀ ਚਰਚਾ ਹੋਈ। ਅਤੇ ਬਾਕੀ ਜੋ ਉਰੇ ਫਾਈਨੈਂਸ਼ੀਅਲ ਪਲੈਨਿੰਗ ਹੈ ਇਸ ਜ਼ਿਲ੍ਹੇ ਦੀ, ਆਉਣ ਵਾਲੇ ਸਾਲ ਦੇ ਵਿੱਚ ਜੋ ਵੀ ਉਰੇ ਬਣਨਾ ਕਰਨਾ, ਕੋਈ ਬਿਲਡਿੰਗ ਬਣਨੀ ਜਾਂ ਜੋ ਵੀ ਫਾਈਨੈਂਸ਼ੀਅਲ ਪਲੈਨਿੰਗ ਹੈ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ। ਅਤੇ ਜੋ ਮਾਨ ਸਾਹਿਬ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੋਚ ਹੈ, ਉਹਦੇ ਤਹਿਤ ਬੇਸਿਕ ਮੀਟਿੰਗ ਇਹ ਸੀ ਵੀ ਉਹਦੇ ਤਹਿਤ ਲੋਕਾਂ ਨੂੰ ਕਿਵੇਂ ਉਹਨਾਂ ਦਾ ਭਲਾ ਕੀਤਾ ਜਾਵੇ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਬਿਹਤਰੀ ਲਈ ਕਿਵੇਂ ਕੰਮ ਕਰਿਆ ਜਾਵੇ। ਸੋ ਇਹੀ ਮੀਟਿੰਗ ਸੀਗੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਅੱਜ ਸਾਡੀ ਮੀਟਿੰਗ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਜੋ ਡੀ ਸੀ ਸਾਹਿਬਾਂ ਹੈ ਫਤਿਹਗੜ੍ਹ ਸਾਹਿਬ ਦੇ ਉਹਨਾਂ ਨਾਲ ਕੀਤੀ ਗਈ, ਜਿਹਦੇ ਵਿੱਚ ਅਨੇਕ ਵਿਚਾਰਾਂ ਹੋਈਆਂ। ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀ ਪਾਣੀ ਦੇ ਨਾਲ ਇਸ ਜ਼ਿਲ੍ਹੇ ਦੇ ਵਿੱਚ ਨੁਕਸਾਨ ਹੋਇਆ ਉਹਦਾ ਜਾਇਜ਼ਾ, ਅਤੇ ਉਹ ਨੁਕਸਾਨ ਦੀ ਜੋ ਲੋਕਾਂ ਦਾ ਹੋਇਆ ਉਹਦਾ ਕਿਵੇਂ ਹੱਲ ਹੋਣ ਵਾਲੇ ਸਮੇਂ ਦੇ ਵਿੱਚ ਜੋ ਮੁਸ਼ਕਲਾਂ ਉਹ ਖੜਾ ਕਰਕੇ ਆ ਰਹੀਆਂ ਉਹਨਾਂ ਦਾ ਕਿਵੇਂ ਹੱਲ ਕੀਤਾ ਜਾਵੇ, ਇਸ ਗੱਲ 'ਤੇ ਵਿਚਾਰ। ਬਾਕੀ ਜੋ ਸਰਕਾਰ ਦੀਆਂ ਨੀਤੀਆਂ ਨੇ, ਜੋ ਪੋਲਸੀਆਂ ਨੇ, ਉਹਨਾਂ ਨੂੰ ਕਿਵੇਂ ਲੋਕਾਂ ਤੱਕ ਪਹੁੰਚਾਇਆ ਜਾਵੇ, ਕਿਵੇਂ ਉਹਨਾਂ ਨੂੰ ਉਸਦਾ ਲਾਭ ਦਿੱਤਾ ਜਾਵੇ, ਇਸ ਗੱਲ 'ਤੇ ਵੀ ਕਾਫੀ ਲੰਬੀ ਚਰਚਾ ਹੋਈ। ਅਤੇ ਬਾਕੀ ਜੋ ਉਰੇ ਫਾਈਨੈਂਸ਼ੀਅਲ ਪਲੈਨਿੰਗ ਹੈ ਇਸ ਜ਼ਿਲ੍ਹੇ ਦੀ, ਆਉਣ ਵਾਲੇ ਸਾਲ ਦੇ ਵਿੱਚ ਜੋ ਵੀ ਉਰੇ ਬਣਨਾ ਕਰਨਾ, ਕੋਈ ਬਿਲਡਿੰਗ ਬਣਨੀ ਜਾਂ ਜੋ ਵੀ ਫਾਈਨੈਂਸ਼ੀਅਲ ਪਲੈਨਿੰਗ ਹੈ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ। ਅਤੇ ਜੋ ਮਾਨ ਸਾਹਿਬ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੋਚ ਹੈ, ਉਹਦੇ ਤਹਿਤ ਬੇਸਿਕ ਮੀਟਿੰਗ ਇਹ ਸੀ ਵੀ ਉਹਦੇ ਤਹਿਤ ਲੋਕਾਂ ਨੂੰ ਕਿਵੇਂ ਉਹਨਾਂ ਦਾ ਭਲਾ ਕੀਤਾ ਜਾਵੇ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਬਿਹਤਰੀ ਲਈ ਕਿਵੇਂ ਕੰਮ ਕਰਿਆ ਜਾਵੇ। ਸੋ ਇਹੀ ਮੀਟਿੰਗ ਸੀਗੀ। ਸਤਿ ਸ਼੍ਰੀ ਅਕਾਲ।